ਖਰੜ ਦੀ ਸਿਟੀ ਪੁਲਿਸ ਨੇ 2 ਦਿਨ ਪਹਿਲਾਂ ਚੋਰੀ ਹੋਈ ਕਾਰ ਨੂੰ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਰੜ ਸਿਟੀ ਦੇ ASI ਨਿਧਾਨ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਖਰੜ LIC ਕਲੋਨੀ ਦੇ ਰਹਿਣ ਵਾਲੇ ਹਰਜੀਤ ਸਿੰਘ ਵੱਲੋਂ ਆਪਣੀ ਕਾਰ ਚੋਰੀ ਹੋਣ ਦੀ ਕੰਪਲੇਂਟ ਲਿਖਾਈ ਗਈ ਸੀ। ਖਰੜ ਬਾਂਸਾ ਵਾਲੀ ਚੁੰਗੀ ਤੇ 2 ਨੌਜਵਾਨ ਜ਼ੈਨ ਕਾਰ ਨੂੰ ਵੇਚਣ ਦੀ ਫਿਰਾਕ ਵਿੱਚ ਸਨ। ਪੁਲਿਸ ਨੇ ਨਾਕੇ ਦੌਰਾਨ ਦੋਨਾਂ ਨੂੰ ਕਾਬੂ ਕਰ ਲਿਆ। ਦੋਵੇਂ ਨੌਜਵਾਨਾਂ ਦੀ ਪਹਿਚਾਣ ਸੁਰਿੰਦਰ ਸਿੰਘ ਅਤੇ ਰਣਜੀਤ ਸਿੰਘ ਪਿੰਡ ਬਰਿਆਲੀ ਦੇ ਵਸਨੀਕ ਵਜੋਂ ਹੋਈ ਹੈ। ਇਹ 2 ਮੁਜਰਮ ਆ ਰਹੇ ਸੀਗੇ ਕਾਰ ਲੈ ਕੇ, ਬਾਂਸ ਵਾਲੀ ਚੁੰਗੀ 'ਤੇ ਅਸੀਂ ਨਾਕਾ ਲਾਇਆ ਹੋਇਆ ਸੀਗਾ ਅਤੇ ਇਹ ਹੈਗਾ ਸੀ ਗੁਰਿੰਦਰ ਸਿੰਘ ਸਨ ਆਫ ਰਘਵੀਰ ਸਿੰਘ ਅਤੇ ਦੂਜਾ ਮੁੰਡਾ ਹੈਗਾ ਰਣਜੀਤ ਸਿੰਘ ਸਨ ਆਫ ਸੁਰਮੁਖ ਸਿੰਘ। ਇਹ ਬਰਿਆਲੀ ਪਿੰਡ ਦੇ ਹੈ ਅਤੇ ਦੋਵੇਂ ਇਹ ਜੈਨ ਕਾਰ ਸੀ ਵਾਈਟ ਕਲਰ ਦੀ, ਉਹਦੇ ਵਿੱਚ ਇਹ ਚੋਰੀ ਦੀ ਉਹ ਗੱਡੀ ਹੋਈ ਵੀ ਸੀਗੀ। ਇਹ ਜਿਹੜੀ ਗੱਡੀ ਦਾ ਮਾਲਕ ਸੀਗਾ ਹਰਜੀਤ ਸਿੰਘ ਸਨ ਆਫ ਅਮਰ ਸਿੰਘ ਸੀਗੇ ਅਤੇ LIC ਕਲੋਨੀ 'ਚ ਰਹਿੰਦੇ ਹਾਂ ਅਤੇ ਇਹਨਾਂ ਤੋਂ ਇਹ ਆਲਰੇਡੀ 1 ਦਿਨ ਪਹਿਲਾਂ ਕੰਪਲੇਂਟ ਆਈ ਸੀ ਅਤੇ ਇਹਨਾਂ ਨੂੰ ਅਸੀਂ ਟਰੇਸ ਕਰ ਲਿਆ। ਅਜੇ ਇਹਨਾਂ ਤੋਂ ਜੀ ਪੁੱਛਗਿੱਛ ਜਾਰੀ ਆ, ਅੱਗੇ ਕਾਰਵਾਈ ਦੇ ਫਰਦਰ ਜੋ ਇਨਵੈਸਟੀਗੇਸ਼ਨ ਹੁੰਦੀ ਰਹੇਗੀ ਉਹਨਾਂ ਤੋਂ ਅਸੀਂ ਬੁਲਾਉਂਦੇ ਹਾਂ। ਫਿਲਹਾਲ ਪੁਲਿਸ ਨੇ ਦੋਵੇਂ ਨੌਜਵਾਨਾਂ ਦੇ 379 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਪੋਕਸਮੈਨ TV ਦੇ ਲਈ ਖਰੜ ਤੋਂ ਡੈਵਿਡ ਵਰਮਾ ਦੀ ਰਿਪੋਰਟ।